ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 1 ਸਪਟੰਬਰ 2022 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਹਰੇਕ ਕੁਐਸਚਨ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਕਿਸ ਸੋਵੀਅਤ ਦੌਰ ਦੇ ਆਗੂ ਦਾ ਦਿਹਾਂਤ ਹੋਇਆ ਹੈ ਹਾਂਜੀ ਮਿਖਾਇਲ ਗੋਰਵਾਚੇਵ ਇਹ ਸੋਵੀਅਤ ਦੌਰ ਦੇ ਆਗੂ ਸੀ ਤੇ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਆ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ 53 ਸਾਲ ਦੀ ਉਮਰ ਦੇ ਵਿੱਚ ਸੋਵੀਅਤ ਕਮਿਊਨਿਟੀ ਆ ਸੋਵੀਅਤ ਕਮਿਊਨਿਸਟ ਪਾਰਟੀ ਦੇ ਸਖਤਰ ਬਣੇ ਸੀ ਮਿਖਾਇਲ ਗੋਰਬਾਚੇਵ ਤੇ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਆ 1990 ਦੇ ਵਿੱਚ ਇਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਕਿਸ ਰਾਜ ਪਿੰਡ ਕਿਸ ਰਾਜ ਦੇ ਪਿੰਡੂ ਰਾਜ ਪੰਚਾਇਤ ਨੇ ਮਹਿਲਾ ਸਰਪੰਚ ਦੀ ਜਗ੍ਹਾ ਕਿਸੇ ਹੋਰ ਮੈਂਬਰ ਦੀ ਅਧਿਕਾਰਤਾ ਬੈਠਕ ਦੇ ਵਿੱਚ ਬੈਠਣ ਤੇ ਰੋਕ ਲਗਾ ਦਿੱਤੀ ਆ ਹਾਂਜੀ ਪੰਜਾਬ ਰਾਜ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਹ ਫੈਸਲਾ ਲਿਆਵਾ ਕਿ ਮਹਿਲਾ ਸਰਪੰਚ ਦੇ ਜਗ੍ਹਾ ਤੇ ਉਹਨਾਂ ਦੇ ਪਤੀ ਪਰਾ ਜਾਂ ਪੁੱਤਰ ਅਧਿਕਾਰਿਤ ਬੈਠ ਦੇ ਵਿੱਚ ਬੈਠਕ ਦੇ ਵਿੱਚ ਨਹੀਂ ਬੈਠ ਸਕਦੇ ਠੀਕ ਹੈ ਇਹ ਰੋਕ ਲਗਾਈ ਆ ਤੇ ਇਸ ਦੇ ਨਾਲ ਹੀ ਨਾਲ ਇਹ ਫੈਸਲਾ ਲਿਆ ਵਾ ਕਿ ਜਿਹੜਾ ਵੀ ਇਸ ਹੁਕਮਾਂ ਦੀ ਉਲੰਘਣਾ ਕਰੇਗਾ ਉਹਨਾਂ ਦੇ ਵਿਰੋਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ 55 ਠੀਕ ਹੈ ਹੁਣ ਪੰਜਾਬ ਦੇ ਵਿੱਚ ਇਹ ਫੈਸਲਾ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਕੀ ਹੈ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਤੇ ਇੱਥੋਂ ਦੇ ਗਵਰਨਰ ਆ ਬਰਨਵਾਰੀ ਲਾਲ ਪ੍ਰੋਹਿਤ ਮਲੇਰਕੋਟਲਾ ਤੀਮਾ ਜ਼ਿਲ੍ਹਾ ਬਣਿਆ ਪੰਜਾਬ ਦਾ ਜੋ ਕਦੋਂ ਬਣਿਆ 14 ਮਾਰਚ 2021 ਨੂੰ ਈਦ ਵਾਲੇ ਦਿਨ ਸੰਗਰੂਰ ਜ਼ਿਲ੍ਹੇ ਤੋਂ ਵੱਖ ਕਰਕੇ ਇੱਕ ਨਵਾਂ ਜ਼ਿਲ੍ਹਾ ਬਣਾਇਆ ਗਿਆ ਮਲੇਰਕੋਟਲਾ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਲਈ ਕੁਐਸਚਨ ਇੰਪੋਰਟੈਂਟ ਬਣਿਆ ਸੀ ਜਦੋਂ ਬਣਾਇਆ ਗਿਆ ਸੀਗਾ 14 ਮਈ ਤੋਂ ਬਾਅਦ ਕਿ ਪੰਜਾਬ ਦਾ 23ਵਾਂ ਜ਼ਿਲ੍ਹਾ ਕਿਹੜਾ ਬਣਿਆ ਉਸ ਟਾਈਮ ਤੁਸੀਂ ਆਨਸਰ ਲਗਾਉਂਦੇ ਸੀ ਮਲੇਰਕੋਟਲਾ ਉਸ ਤੋਂ ਬਾਅਦ ਇਗਜ਼ਾਮ ਦੇ ਵਿੱਚ ਕੁਐਸਚਨ ਇਸ ਤਰ੍ਹਾਂ ਆ ਕਿ ਪੰਜਾਬ ਦਾ 23ਵਾਂ ਜ਼ਿਲ੍ਹਾ ਮਲੇਰਕੋਟਲਾ ਕਿਹੜੇ ਤਿਹਾੜੀ ਤੇ ਬਣਾਇਆ ਗਿਆ ਤਾਂ ਈਦ ਦੇ ਤਿਉਹਾਰ ਤੇ ਬਣਾਇਆ ਗਿਆ ਠੀਕ ਹੈ ਫਿਰ ਕਿਹੜੇ ਜ਼ਿਲ੍ਹੇ ਤੋਂ ਲੱਗ ਕੇ ਬਣਾਇਆ ਗਿਆ ਸੰਗਰੂਰ ਜ਼ਿਲ੍ਹੇ ਤੋਂ ਹੁਣ ਇਹ ਗੱਲ ਤਾਂ ਫੇਮਸ ਹੋ ਚੁੱਕੀ ਆ ਪਰ ਤੇ ਤੁਹਾਨੂੰ ਕੁਐਸਚਨ ਇਹ ਆ ਸਕਦਾ ਕਿ ਮਲੇਰਕੋਟਲੇ ਦੇ ਜ਼ਿਲ੍ਹੇ ਦੀਆਂ ਤਹਿਸੀਲਾਂ ਕਿੰਨੀਆਂ ਨੇ ਤਾਂ ਤਹਿਸੀਲਾਂ ਨੇ ਦੋ ਇੱਕ ਮਲੇਰਕੋਟਲਾ ਤੇ ਇੱਕ ਐਮਦਗੜ ਠੀਕ ਹੈ ਤੇ ਸਬ ਤਹਿਸੀਲ ਕਿੰਨੀਆਂ ਨੇ ਇੱਕ ਕਿਹੜੀ ਆ ਅਮਰਗੜ ਇਹ ਤੁਸੀਂ ਯਾਦ ਰੱਖਣਾ ਤੇ ਪੰਜਾਬ ਦੇ ਸਿੱਖਿਆ ਬੋਰਡ ਨੇ ਸਿੱਖ ਇਤਿਹਾਸ ਦੀਆਂ ਤਿੰਨ ਕਿਤਾਬਾਂ ਤੇ પ્રતિਬੰਧ ਲਗਾਇਆ। ਇਹਨਾਂ ਤਿੰਨਾਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਰਚਿਆ ਗਿਆ ਸੀ। ਉਹਨਾਂ ਬੁੱਕਸ ਦੇ ਨਾਮ ਤੁਸੀਂ ਯਾਦ ਰੱਖਣਾ। ਪਹਿਲੀ ਬੁੱਕ ਆ ਮਾਡਰਨ ABC ਹਿਸਟਰੀ ਆਫ ਪੰਜਾਬ। ਮਨਜੀਤ ਸਿੰਘ ਸੋਢੀ ਦੀ ਲਿਖੀ ਹੋਈ ਆ। ਦੂਸਰੀ ਬੁੱਕ ਆ ਹਿਸਟਰੀ ਆਫ ਪੰਜਾਬ +2 ਦੀ ਬੁੱਕ ਆ ਹੈ ਐਮ ਐਸ ਮਾਨਦੀ। ਤੇ ਤੀਸਰੀ ਆ ਹਿਸਟਰੀ ਆਫ ਪੰਜਾਬ ਮਹਿੰਦਰਪਾਲ ਕੌਰ ਦੀ। ਨਾ ਤਿੰਨਾਂ ਤੇ ਹੀ પ્રતિਬੰਧ ਲਗਾ ਦਿੱਤਾ ਸਿੱਖਿਆ ਬੋਰਡ ਨੇ। ਇੰਡੀਅਨ 에ਅਰ ਫੋਰਸ ਨੇ ਪਹਿਲੀ S400 ਮਿਜ਼ਾਈਲ ਪ੍ਰਣਾਲੀ ਦਾ ਪਹਿਲਾ ਸਕੁਆਰਡਨ ਪੰਜਾਬ ਦੇ ਵਿੱਚ ਤਾਇਨਾਤ ਕੀਤਾ। ਪੰਜਾਬ ਦੀ ਗਵਰਨਮੈਂਟ ਨੇ ਜਗਨਨਾਥ ਰੱਥ ਯਾਤਰਾ ਨੂੰ ਰਾਜ ਉਤਸਵ ਦਾ ਟੈਗ ਦਿੱਤਾ। ਪੰਜਾਬ ਦੇ ਵਿੱਚ ਸਭ ਤੋਂ ਵੱਧ ਔਨ ਕੱਪੜੇ ਦੇ ਔਨ ਵਾਲੇ ਕੱਪੜੇ ਬਣਾਉਣ ਦੇ ਕਾਰਖਾਨੇ ਆ ਠੀਕ ਹੈ ਤੇ ਸਭ ਤੋਂ ਵੱਧ ਦੁੱਧ ਦਾ ਉਤਪਾਦਨ ਕਰਨ ਵਾਲਾ ਰਾਜ ਆ ਪੰਜਾਬ। ਤੇ ਭਾਰਤ ਦੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਰਾਜਸਥਾਨ ਦੀ ਸੀਮਾ ਪੰਜਾਬ ਨਾਲ ਲੱਗਦੀ ਆ ਇਸ ਤੋਂ ਇਲਾਵਾ ਪੰਜਾਬ ਦੇ ਨਾਲ ਪਾਕਿਸਤਾਨ ਦੇਸ਼ ਦੀ ਹੱਦ ਲੱਗਦੀ ਆ ਸਿਰਫ ਤੇ ਸਿੱਖ ਇੱਕ ਹੀ ਦੇਸ਼ ਦੀ ਹੱਦ ਲੱਗਦੀ ਆ ਪਾਕਿਸਤਾਨ ਦੀ ਠੀਕ ਹੈ ਜੀ ਨੈਕਸਟ ਕੁਐਸਚਨ ਕਿਸ ਰਾ ਸਰਕਾਰ ਨੇ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਨਿਯੁਕਤ ਕੀਤੇ ਹਨ ਹਾਂਜੀ ਕਿਹੜੀ ਗਵਰਨਮੈਂਟ ਨੇ ਵੱਖ-ਵੱਖ ਬੋਰਡਸ ਦੇ ਜਿਹੜੇ ਡਿਪਾਰਟਮੈਂਟਸ ਦੇ ਚੇਅਰਮੈਨ ਅਪਾਇੰਟ ਕੀਤੇ ਆ ਪੰਜਾਬ ਦੀ ਗਵਰਨਮੈਂਟ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਪੰਜਾਬ ਦੇ ਬੋਰਡ ਨੇ ਜਾਨੀ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਇਹ ਜਿਹੜੇ 14 ਅਪਾਇੰਟਮੈਂਟਸ ਕੀਤੀਆਂ ਨੇ ਨਵੀਆਂ ਠੀਕ ਹੈ ਕਿਉਂ ਕੀਤੀਆਂ ਨੇ ਦੇਖੋ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਦੇ ਨਵੇਂ ਚੇਅਰਮੈਨ ਅਪੁਆਇੰਟ ਕੀਤੇ ਆ ਠੀਕ ਹੈ ਉਹਨਾਂ ਤੇ ਮੈਂ ਅਲੱਗ ਤੋਂ ਵੀਡੀਓ ਬਣਾ ਦਿੱਤੀ ਆ ਤੇ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਨੈਕਸਟ ਕੁਐਸਚਨ ਰਾਜੀਵ ગાંધી ਪਿੰਡੂ 올림픽 ਖੇਡਾਂ ਹਾਲ ਹੀ ਵਿੱਚ ਕਿਸ ਰਾਜ ਵਿੱਚ ਸ਼ੁਰੂ ਹੋਈਆਂ ਹਨ ਹਾਂਜੀ ਰਾਜੀਵ ગાંધી ਪਿੰਡੂ 올림픽 ਖੇਡਾਂ ਰੀਸੈਂਟਲੀ ਰਾਜਸਥਾਨ ਰਾਜ ਦੇ ਵਿੱਚ ਸ਼ੁਰੂ ਹੋਈਆਂ অপশন নাম্বার বি ইজ দা রাইট आंसर ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ 29 ਅਗਸਤ ਵਾਰੇ 29 ਅਗਸਤ ਨੂੰ ਰਾਜਸਥਾਨ ਦੇ ਵਿੱਚ ਰਾਜੀਵ ਗਾਂਧੀ ਪੈਂਡੂ অলਪਿਕ ਖੇਡਾਂ ਸ਼ੁਰੂ ਹੋਈਆਂ ਇਹ ਖੇਡ ਰਾਜਸਥਾਨ ਦੇ ਵਿੱਚ ਇਹ ਖੇਡਾਂ 11000 ਪੰਚਾਇਤਾਂ ਦੇ ਵਿੱਚ ਸ਼ੁਰੂ ਹੋਈਆਂ ਵਾ ਤੇ ਇਹ ਪੂਰੇ ਰਾਜਸਥਾਨ ਦੇ ਵਿੱਚ ਖੇਡਾਂ ਦਾ ਮਾਹੌਲ ਬਣਾਉਣ ਲਈ ਖੇਡਾਂ ਦਾ ਉਤਸ਼ਾਹ ਪੈਦਾ ਕਰਨ ਦੇ ਲਈ ਸ਼ੁਰੂ ਕੀਤੀਆਂ ਗਈਆਂ ਕੇ ਹੁਣ ਰਾਜਸਥਾਨ ਦੇ ਵਿੱਚ ਸ਼ੁਰੂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਆ ਜੈਪੁਰ ਇੱਥੋਂ ਦੇ ਚੀਫ ਮਿਨਿਸਟਰ ਆ ਅਸ਼ੋਕ ਗਹਿਲੌਤ ਇੱਥੋਂ ਦੇ ਗਵਰਨਰ ਆ ਕਲਰਾਜ ਮਿਸਰਾ ਰਾਜਸਥਾਨ ਦੇ ਵਿੱਚ जैसलमेर ਦੇ ਵਿੱਚ ਖਾਦੀ ਨਾਲ ਬਣੇ ਦੁਨੀਆ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕੀਤਾ ਗਿਆ ਰਾਜਸਥਾਨ ਸਰਕਾਰ ਨੇ ਉਡਾਣ ਯੋਜਨਾ ਸ਼ੁਰੂ ਕੀਤੀ ਰਾਜਸਥਾਨ ਦੇ ਵਿੱਚ ਇੰਦਰਾ ਗਾਂਧੀ ਸਹਿਰੀ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਹੋਈ ਰਾਜਸਥਾਨ ਸਰਕਾਰ ਨੇ ਪ੍ਰਸ਼ਾਸਨ ਪਿੰਡਾਂ ਦੇ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਭਾਰਤ ਦਾ ਪਹਿਲਾ ਅੰਗ ਦਾਤਾ ਸਮਾਰਕ ਰਾਜਸਥਾਨ ਦੇ ਜੈਪੁਰ ਦੇ ਵਿੱਚ ਬਣਿਆ ਸਟੈਚੂ ਆਫ ਪੀਸ ਰਾਜਸਥਾਨ ਦੀ ਪਾਲੀ ਦੇ ਵਿੱਚ ਰਾਜ ਸਰਕਾਰ ਨੇ ਮਹਿਲਾਵਾਂ ਦੇ ਲਈ ਬੈਕ ਟੂ ਵਰਕ ਯੋਜਨਾ ਸ਼ੁਰੂ ਕੀਤੀ ਇੱਕ ਪੌਦਾ ਧੀ ਦੇ ਨਾਮ ਦੇ ਸਕੀਮ ਰਾਜਸਥਾਨ ਨੇ ਸ਼ੁਰੂ ਕੀਤੀ ਬੀਐਸਐਫ ਨੇ ਆਪਰੇਸ਼ਨ ਸਰਦ ਹਵਾ ਰਾਜਸਥਾਨ ਦੇ ਵਿੱਚ ਸ਼ੁਰੂ ਕੀਤੀ ਤੇਸ ਤੋਂ ਪਹਿਲਾ ਆਪਰੇਸ਼ਨ ਗਰਮ ਹਵਾ ਵੀ ਰਾਜਸਥਾਨ ਦੇ ਵਿੱਚ ਸ਼ੁਰੂ ਕਰ ਚੁੱਕਿਆ ਬੀਐਸਐਫ 100% ਟੀਕਾਕਰਨ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਪ੍ਰਤਾਪਗੜ ਜਲ ਜੀਵਨ ਮਿਸ਼ਨ ਦੇ ਤਹਿਤ ਰਾਜਸਥਾਨ ਨੂੰ 10180 ਕਰੋੜ ਰੁਪਏ ਦਿੱਤੇ ਗਏ ਸਾਰੇ ਪਰਿਵਾਰਾਂ ਨੂੰ ਅਸ਼ੋਧੇ ਵੋਟੀਆਂ ਵੰਡਣ ਦਾ ਐਲਾਨ ਰਾਜਸਥਾਨ ਗਵਰਨਮੈਂਟ ਨੇ ਕੀਤਾ ਰਾਜਸਥਾਨ ਭਾਰਤ ਦਾ ਸਭ ਤੋਂ ਘੱਟ ਵਰਖਾ ਵਾਲਾ ਰਾਜਾ ਤੇ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜਾ Rajasthan ਇਹਨਾਂ ਤੁਸੀਂ ਯਾਦ ਰੱਖਣਾ Rajasthan ਦੇ ਬਾਰੇ ਨੈਕਸਟ ਕੁਐਸਚਨ ਹਾਲ ਹੀ ਵਿੱਚ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਹ ਸਮਾਧਾਨ ਪੋਰਟਲ ਕੌਣ ਲਾਂਚ ਕਰੇਗਾ ਹਾਂਜੀ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ ਇਹ ਸਮਾਧਾਨ ਪੋਰਟਲ ਲਾਂਚ ਕਰੇਗਾ UGC ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹਾਂਜੀ UGC ਸਟੂਡੈਂਟਸ ਦੇ ਅਤੇ ਯੂਨੀਵਰਸਿਟੀ ਦੇ ਟੀਚਰਸ ਅਤੇ ਸਟੂਡੈਂਟਸ ਦੀਆਂ ਜੋ ਪ੍ਰੋਬਲਮ ਨੇ ਉਹਨਾਂ ਨੂੰ ਸੋਲਵ ਕਰਨ ਦੇ ਲਈ ਇਹ ਸਮਾਧਾਨ ਪੋਰਟਲ ਲਾਂਚ ਕਰੇਗਾ ਹੁਣ UGC ਨੋਟ ਕਰੇਗੀ ਜਾਨੀ ਕਿ ਲਾਂਚ ਕਰੇਗੀ ਤਾਂ UGC ਦੀ ਫੁੱਲ ਫਾਰਮ ਕੀ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਇਸ ਦੀ ਸਥਾਪਨਾ ਕਦੋਂ ਹੋਈ ਸੀ 1955 ਦੇ ਵਿੱਚ ਇਸ ਦਾ ਹੈੱਡ ਕੁਆਟਰ ਨਵੀਂ ਦਿੱਲੀ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਪ੍ਰੈਜ਼ੀਡੈਂਟ ਕੌਣ ਨੇ ਪ੍ਰੋਫੈਸਰ ਐਮ ਜਗਦੀਸ਼ ਕੁਮਾਰ ਨੈਕਸਟ ਕੁਐਸਚਨ ਕਿਸ ਨੇ ਹਾਲ ਹੀ ਵਿੱਚ ਸਾਇੰਸ ਬਿਹਾਈਂਡ ਸੂਰਜ ਨਮਸਕਾਰ ਕਿਤਾਬ ਰਿਲੀਜ਼ ਕੀਤੀ ਹੈ ਹਾਂਜੀ ਰੀਸੈਂਟਲੀ ਸਾਇੰਸ ਬਿਹਾਈਂਡ ਸੂਰਜ ਨਮਸਕਾਰ ਕਿਤਾਬ ਰਿਲੀਜ਼ ਕੀਤੀ ਹੈ ਰਾਜ ਮੰਤਰੀ ਸ਼੍ਰੀ ਮੋਨਜ ਪੁਰਾਣੀ অপਸ਼ਨ ਨੰਬਰ ਬੀ ਇਜ਼ ザ राइट आंसर ਨੈਕਸਟ ਕੁਐਸ਼ਨ हाल ही ਵਿੱਚ डेबिट कार्ड ਮਾਰਕੀਟ ਵਿੱਚ ਕੌਣ ਸਿਖਰ ਤੇ ਰਿਹਾ ਹੈ ਹਾਂਜੀ ਡੈਬਿਟ ਕਾਰਡ ਮਾਰਕੀਟ ਦੇ ਵਿੱਚ ਸਿਖਰ ਤੇ ਰਿਹਾ ਐ ਐਸਬੀਆਈ ਤੇ ਕ੍ਰੈਡਿਟ ਕਾਰਡ ਮਾਰਕੀਟ ਦੇ ਵਿੱਚ ਕੌਣ ਹੈ ਸਿਖਰ ਤੇ ਆ ਐਚਡੀਐਫਸੀ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਤੇ ਐਸਬੀਆਈ 30% ਬਾਜ਼ਾਰ ਹਿੱਸੇਦਾਰੀ ਦੇ ਨਾਲ ਡੈਬਿਟ ਕਾਰਡ ਦੇ ਵਿੱਚ ਟੌਪ ਤੇ ਆ ਹੁਣ ਐਸਬੀਆਈ ਆ ਜਾਨੀ ਕਿ ਸਟੇਟ ਬੈਂਕ ਆਫ ਇੰਡੀਆ ਇਸ ਦੀ ਸਥਾਪਨਾ ਕਦੋਂ ਹੋਈ ਸੀ 1955 ਦੇ ਵਿੱਚ ਇਸ ਦਾ ਹੈੱਡਕੁਆਰਟਰ ਆ ਮੂਵੀ ਦੇ ਵਿੱਚ ਐਡ ਪ੍ਰੈਜ਼ੈਂਟ ਇਸ ਦੇ ਹੈੱਡ ਆ ਦਿਨੇਸ਼ ਕੁਮਾਰ ਖਾਰਾ ਨੈਕਸਟ ਕੁਐਸ਼ਨ ਕਿਸ ਮੁੱਕੇਬਾਜ਼ ਨੇ ਹਾਲ ਹੀ ਵਿੱਚ ਸੁਪਰ ਫੈਦਰ ਵੇਟ ਵਰਗ ਦੇ ਵਿੱਚ ਡਬਲਯੂਬੀਸੀ ਇੰਡੀਆ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ ਹਾਂਜੀ ਰੀਸੈਂਟਲੀ ਮੁਹੰਮਦ ਆਜ਼ਹਰ ਨੇ ਧਰਮਵੀਰ ਨੂੰ ਹਰਾ ਕੇ ਸੁਪਰ ਫੈਦਰ ਵੇਟ ਵਰਗ ਦੇ ਵਿੱਚ ਡਬਲਯੂਵੀਸੀ ਇੰਡੀਆ ਚੈਂਪੀਅਨ ਦਾ ਖਿਤਾਬ ਜਿੱਤਿਆ ਆਪਸ਼ਨ ਨੰਬਰ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਮੁਹੰਮਦ ਅਜ਼ਹਰ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਤੇ ਇਹਨਾਂ ਬਾਰੇ ਤੁਸੀਂ ਯਾਦ ਰੱਖਣਾ ਮੁਹੰਮਦ ਅਜ਼ਹਰ ਇਹ ਦਿੱਲੀ ਦੇ ਬੌਕਸਰ ਆ ਠੀਕ ਹੈ ਤੇ ਇਹਨਾਂ ਨੇ ਤਾਂ ਰੰਵੀਰ ਨੂੰ ਹਰਾ ਕੇ ਫੈਦਰ ਵੇਟ ਵਰਗ ਦੇ ਵਿੱਚ ਡਬਲਯੂਬੀਸੀ ਇੰਡੀਆ ਚੈਂਪੀਅਨ ਦਾ ਖਿਤਾਬ ਜਿੱਤੇ ਆ ਨੈਕਸਟ ਕਿਸ ਮੰਤਰਾਲੇ ਨੇ ਹਾਲ ਹੀ ਵਿੱਚ ਮੀਟ ਦੀ ਚੈਂਪੀਅਨ ਪਹਿਲ ਦਾ ਆਯੋਜਨ ਕੀਤਾ ਹਾਂਜੀ ਰੀਸੈਂਟਲੀ ਖੇਡ ਮੰਤਰਾਲੇ ਨੇ ਮੀਟ ਦੀ ਚੈਂਪੀਅਨ ਪਹਿਲ ਦਾ ਆਯੋਜਨ ਕੀਤਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜਿਵੇਂ 올림픽ਸ ਦੇ ਮੈਡਲ ਵਿਜੀਤਾ ਹੁੰਦੇ ਆ ਕਾਮਨਵੈਲਥ ਦੇ ਮੈਡਲ ਵਿਜੀਤਾ ਨੇ ਇਹ ਮੈਡਲ ਵਿਜੀਤਾ ਸਟੂਡੈਂਟਸ ਦੇ ਲਈ ਚੈਂਪੀਅਨ ਨੇ ਤਾਂ ਸਟੂਡੈਂਟਸ ਨੂੰ ਇਹਨਾਂ ਦੇ ਨਾਲ ਮਿਲਾਉਣ ਦੇ ਲਈ ਖੇਡ ਮੰਤਰਾਲੇ ਨੇ ਮੀਟ ਦਾ ਚੈਂਪੀਅਨ ਪਹਿਲ ਸ਼ੁਰੂ ਕੀਤੀ ਠੀਕ ਹੈ ਤੇ ਸਾਡੇ ਖੇਡ ਮੰਤਰਾਲੇ ਦੇ ਮੰਤਰੀ ਕੌਣ ਨੇ ਅਨੁਰਾਗ ਠਾਕੁਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਕੇਸ ਰਾਜ ਦੀ ਪੁਲਿਸ ਨੇ ਆਨਲਾਈਨ ਮੋਬਾਈਲ ਐਪ ਜੀ ਜੇ ਕੇ ਕੋਪ ਲਾਂਚ ਕੀਤਾ ਹਾਂਜੀ ਜੇ ਕੇ ਕੋਪ ਲਾਂਚ ਕੀਤਾ ਵਾ ਰੀਸੈਂਟਲੀ ਜੰਮੂ ਕਸ਼ਮੀਰ ਦੀ ਰਾਜ ਪੁਲਿਸ ਨੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜੰਮੂ ਕਸ਼ਮੀਰ ਇਹ ਐਪ ਉੱਪਰ ਜੰਮੂ ਕਸ਼ਮੀਰ ਦੇ ਨਾਗਰਿਕ ਕੋਈ ਵੀ ਕੰਪਲੇਂਟ ਕਰ ਸਕਦੇ ਆ ਈਵਨ ਕਿ ਐਫ ਆਈ ਆਰ ਦੀ ਕਾਪੀ ਵੀ ਡਾਊਨਲੋਡ ਕਰ ਸਕਦੇ ਆ ਠੀਕ ਹੈ ਤੇ ਐਪ ਲਾਂਚ ਕੀਤੀ ਹੁਣ ਜੰਮੂ ਕਸ਼ਮੀਰ ਦੀ ਗਵਰਨਮੈਂਟ ਨੇ ਹਾਂਜੀ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਲਿਊਟੀਨੈਂਟ ਗਵਰਨਰ ਨੇ ਮਨੋਜ ਸਿਨਾ ਜੰਮੂ ਕਸ਼ਮੀਰ ਦੇ ਵਿੱਚ ਡੱਚ ਗ੍ਰਾਮ ਨੈਸ਼ਨਲ ਪਾਰਕ ਆ ਕਿਸਤਬਾੜ ਨੈਸ਼ਨਲ ਪਾਰਕ ਆ ਡਾਕਟਰ ਸਲੀਮ ਅਲੀ ਨੈਸ਼ਨਲ ਪਾਰਕ ਆ। ਅੱਛਾ ਮੈਂ ਡਾਕਟਰ ਸਲੀਮ ਅਲੀ ਨੈਸ਼ਨਲ ਪਾਰਕ ਬੋਲ ਰਹੀ ਆ। ਜੇਕਰ ਤੁਹਾਨੂੰ ਡਾਕਟਰ ਸਲੀਮ ਅਲੀ ਵorld ਲਾਈਫ ਸੈਂਚਰੀ ਆ ਜੇ ਤਾਂ ਗੋਆ ਦੇ ਵਿੱਚ ਆ। ਠੀਕ ਹੈ। ਤੇ ਜੰਮੂ ਕਸ਼ਮੀਰ ਦੇ ਵਿੱਚ ਡਲ ਝੀਲ ਆ, ਬੁਲਰ ਝੀਲ ਆ, ਜੰਮੂ ਕਸ਼ਮੀਰ ਦੇ ਵਿੱਚ ਗਾਇਮਰ ਝੀਲ ਆ, ਮਾਨਸਵਾਲ ਝੀਲ ਆ, ਗੰਗਾਵਲ ਝੀਲ ਆ, ਕੋਸਰਵਲ ਝੀਲ ਆ, ਚੇਸ਼ਨਾਗ ਝੀਲ ਆ, ਨਾਗਿੰਚ ਝੀਲ ਆ, ਵੈਰੀਨਾਗ ਝੀਲ ਆ। ਜੰਮੂ ਕਸ਼ਮੀਰ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਸਿਖਾਉਣ ਦੇ ਲਈ ਡਿਜੀਟਲ ਆਨਲਾਈਨ ਈ ਕਿਤਾਬ ਕੋਸ਼ ਸ਼ੁਰੂ ਕੀਤੇ ਗਏ ਕੇਸਰਦੇਵ ਤੋਂ ਪਾਦਨ ਦੇ ਵਿੱਚ ਜੰਮੂ ਕਸ਼ਮੀਰ ਮੁਹਰੀ ਰਾਜਾ ਦੇਵਿਕਾ ਤੇ ਪੁਨੇਜ਼ਾ ਪੁਲਦਵ ਉਦਘਾਟਨ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਹੈਰਾਤ ਉਤਸਵ ਮਨਾਇਆ ਜਾਂਦਾ ਮਹਾਸ਼ਿਵਰਾਤਰੀ ਦੇ ਉੱਪਰ ਇਸ ਨੂੰ ਮਹਾਸ਼ਿਵਰਾਤਰੀ ਪਰਬ ਵੀ ਕਿਹਾ ਜਾਂਦਾ ਹੈ ਠੀਕ ਹੈ ਨੈਕਸਟ ਕੁਐਸਚਨ ਯੂਐਸ ਓਪਨ ਟੈਨਿਸ ਟੂਰਨਾਮੈਂਟ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹੈ ਯੂਐਸ ਓਪਨ ਟੈਨਿਸ ਟੂਰਨਾਮੈਂਟ ਰੀਸੈਂਟਲੀ ਨਿਊਯਾਰਕ ਦੇ ਵਿੱਚ ਸ਼ੁਰੂ ਹੋਇਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਟੈਨਿਸ ਦੇ ਚਾਰ ਵੱਡੇ ਟੂਰਨਾਮੈਂਟ ਹੁੰਦੇ ਆ ਪੂਰੇ ਸਾਲ ਦੇ ਵਿੱਚ ਇੱਕ ਹੈਗਾ ਆਸਟ੍ਰੇਲੀਅਨ ਓਪਨ ਇੱਕ ਫ੍ਰੈਂਚ ਓਪਨ ਇੱਕ ਬਿੰਬਲਟਨ ਬਿੰਬਲਡਨ ਓਪਨ ਤੇ ਇੱਕ ਯੂਐਸ ਓਪਨ ਤੇ ਹੁਣ ਯੂਐਸ ਓਪਨ ਨਿਊਯਾਰਕ ਦੇ ਵਿੱਚ ਸ਼ੁਰੂ ਹੋ ਚੁੱਕਿਆ ਵਾ ਨੈਕਸਟ ਹਾਲ ਹੀ ਵਿੱਚ ਕਿਸ ਦੇਸ਼ ਦੀ ਮਹਾਰਾਣੀ ਨੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਹਾਂਜੀ ਰੀਸੈਂਟਲੀ ਨੀਦਰਲੈਂਡ ਦੀ ਮਹਾਰਾਣੀ ਨੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਨੀਦਰਲੈਂਡ ਨੀਦਰਲੈਂਡ ਦੀ ਜਿਹੜੀ ਮਹਾਰਾਣੀ ਉਹਨਾਂ ਦਾ ਨਾਮ ਕੀ ਆ ਕੁਇਨ ਮੈਕਸੀਮਾ ਤਾਂ ਇਹਨਾਂ ਨੇ ਰੀਸੈਂਟਲੀ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਹੁਣੇ ਨੀਦਰਲੈਂਡ ਦੀ ਆ ਤਾਂ ਨੀਦਰਲੈਂਡ ਦੀ ਕੈਪੀਟਲ ਕੀ ਆ ਐਮਸਟਰਡਮ ਇਥੋਂ ਦੀ ਕਰੰਸੀ ਆ ਯੂਰੋ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਮਾਰਕ ਰੂਟ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਜਾਰੀ ਐਨਸੀਆਰਬੀ ਦੀ ਰਿਪੋਰਟ ਦੇ ਅਨੁਸਾਰ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਕਿਹੜਾ ਰਾਜ ਸਭ ਤੋਂ ਉੱਪਰ ਹੈ ਹਾਂਜੀ ਰੀਸੈਂਟਲੀ ਐਨਸੀਆਰਬੀ ਦੀ ਇੱਕ ਰਿਪੋਰਟ ਕੱਢੀ ਗਈ ਆ ਇਸ ਦੇ ਅਕੋਰਡਿੰਗ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਸਭ ਤੋਂ ਮੋਹਰੀ ਰਾਜ ਆ ਮਹਾਰਾਸ਼ਟਰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਸੈਕਿੰਡ ਤੇ ਆ ਤਮਿਲਨਾਡੂ ਥਰਡ ਤੇ ਆ ਮੱਧ ਪ੍ਰਦੇਸ਼ ਹੁਣ ਐਨਸੀਆਰਬੀ ਯਾਨੀ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਇਹ ਰਿਪੋਰਟ ਆ ਜਿਸ ਦੇ ਅਕੋਰਡਿੰਗ 2021 ਦੇ ਵਿੱਚ ਆਤਮ ਹੱਤਿਆ ਦੇ ਮਾਮਲੇ ਦੇ ਵਿੱਚ ਮਹਾਰਾਸ਼ਟਰ ਫਸਟ ਤੇ ਆ ਸੈਕਿੰਡ ਤੇ ਤਾਮਿਲਨਾਡੂ ਆ ਥਰਡ ਤੇ ਮੱਧ ਪ੍ਰਦੇਸ਼ ਆ ਹੁਣ ਮਹਾਰਾਸ਼ਟਰ ਫਰਸਟ ਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਕੀ ਆ ਮੁੰਬਈ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਉਦਵ ਠਾਕੁਰੇ ਆ ਸੌਰੀ ਉਦਵ ਠਾਕੁਰੇ ਨੇਗੇ ਹੁਣ ਉਦਵ ਠਾਕੁਰੇ ਪਹਿਲਾਂ ਸੀ ਤੇ ਹੁਣ ਕੌਣ ਨੇ ਏਕਨਾਥ ਸ਼ਿੰਦੇ ਤੇ ਇੱਥੋਂ ਦੇ ਗਵਰਨਰ ਆ ਭਗਤ ਸਿੰਘ ਕੋਸ਼ਿਆਰੇ ਮਹਾਰਾਸ਼ਟਰ ਦੇ ਵਿੱਚ ਸੰਜੀ ਗਾਂਧੀ ਨੈਸ਼ਨਲ ਪਾਰਕ ਆ ਗੂਗੂਮਲ ਨੈਸ਼ਨਲ ਪਾਰਕ ਆ ਨਮੀਗਾਉ ਨੈਸ਼ਨਲ ਪਾਰਕ ਆ ਮਹਾਰਾਸ਼ਟਰ ਮਹਾਰਾਸ਼ਟਰ ਦੀ ਹਿਸਟਰੀ ਦੇ ਬੇਸ 'ਤੇ ਇੱਕ ਬੁੱਕ ਲਿਖੀ ਗਈ ਸੀ ਜਿਸ ਦਾ ਨਾਮ ਆ ਸ਼ਿਵਾਜੀ ਇਨ ਸਾਊਥ ਬਲੌਕ ਦਾ ਅਨ ਰਿਟੇਨ ਹਿਸਟਰੀ ਆਫ ਪ੍ਰਾਊਡ ਪੀਪਲ ਇਹ ਬੁੱਕ ਗਿਰਿਸ ਕੁਬੇਰ ਨੇ ਲਿਖੀ ਸੀ ਮਹਾਰਾਸ਼ਟਰ ਦੇ ਵਿੱਚ ਲੋਨਾਰ ਝੀਲ ਆ ਉਜਾਨੀ ਡੈਮ ਆ ਜੈਕਵੜੀ ਡੈਮ ਆ ਕੋਇਨਾ ਡੈਮ ਆ ਭਾਰਤ ਦਾ ਪਹਿਲਾ ਖੇਤੀ ਨਿਰਜਾਤ ਸੁਵਿਧਾ ਕੇਂਦਰ ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਬਣਿਆ ਮਾਈਗ੍ਰੇਸ਼ਨ ਟਰੈਕਿੰਗ ਐਪ ਕਰਨ ਵਾਲਾ ਪਹਿਲਾ ਰਾਜ ਬਣਿਆ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਭਾਰਤ ਦੇ ਵਿੱਚ ਮੂੰਗਫਲੀ ਦੇ ਉਤਪਾਦਨ ਦੇ ਵਿੱਚ ਮੁਹਰੀ ਰਾਜ ਆ ਮਹਾਰਾਸ਼ਟਰ ਠੀਕ ਹੈ ਤੇ ਮਹਾਰਾਸ਼ਟਰ ਨੇ ਇੱਕੋ ਸਮੋ ਇੱਕੋ ਟਾਸ স্মੋਲ ਫਾਈਨੈਂਸ ਬੈਂਕ ਦੇ ਨਾਲ ਭਾਈਵਾਲੀ ਕੀਤੀ ਇਹਨਾਂ ਤੁਸੀਂ ਯਾਦ ਰੱਖਣਾ ਮਹਾਰਾਸ਼ਟਰ ਦੇ ਆਰੀ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ